ਇਸ ਵੇਲੇ ਜਿਹੇ ਇਨਕਮ ਟੈਕਸ ਅਧਿਕਾਰੀ ਹੋਣ ਜਾਂ ਈਡੀ ਦੇ ਅਧਿਕਾਰੀ ਹੋਣ ਹਨਾ ਰੇਡ ਹੋਵੇ ਉਹ ਲਗਾਤਾਰ ਜਾਰੀ ਹੈ ਤੇ ਕੱਲ ਖਰੜ ਦੇ ਵਿੱਚ ਇੱਕ ਵਿਆਹ ਚੱਲ ਰਿਹਾ ਸੀ ਉਸ ਵਿਆਹ ਦੇ ਵਿੱਚ ਚੱਲਦੇ ਵਿਆਹ ਦੇ ਵਿੱਚ ਇਨਕਮ ਟੈਕਸ ਦੇ ਅਧਿਕਾਰੀ ਪਹੁੰਚ ਜਾਂਦੇ ਨੇ ਰੇਡ ਦੇ ਲਈ ਹਾਂ ਬਿਲਕੁਲ ਜਤਿੰਦਰ ਜੀ ਵੀਰਵਾਰ ਨੂੰ ਮਤਲਬ ਜੇ ਤੁਸੀਂ ਕਹੋ ਤਾਂ ਬੁੱਧਵਾਰ ਤੇ ਵੀਰਵਾਰ ਦੀ ਰਾਤ ਨੂੰ ਇੱਕ ਵਿਆਹ ਸੀ ਜੀ ਜਿਹੜਾ ਵਿਆਹ ਮਤਲਬ ਕਿ ਖਰੜ ਨਗਰ ਕਾਉਂਸਲ ਦੀ ਜਿਹੜੀ ਪ੍ਰਧਾਨ ਆ ਬੀਬੀ ਜੀ ਉਹਦੇ ਜੇਠ ਦਾ ਨੇ ਜੇਟ ਤੇ ਮੁੰਡੇ ਦਾ ਵਿਆਹ ਸੀਗਾ ਜੇਟ ਛਠਾਣੀ ਦੇ ਮੁੰਡੇ ਦਾ ਵਿਆਹ ਸੀ ਤੇ ਉਸ ਵਿਆਹ ਦੇ ਵਿੱਚ ਪਤਾ ਲੱਗਾ ਮੈਨੂੰ ਕਿ ਜਿਹੜਾ ਗੁਰਦਾਸ ਮਾਨ ਵਰਗਾ ਗਾਇਕ ਉਸ ਗਾਇਕ ਦਾ ਸ਼ੋਅ ਸੀਗਾ ਜੀ ਤੇ ਉਸ ਵਿਆਹ ਦੇ ਵੀ VIP ਵਿਆਹ ਸੀ ਉਹਦੇ ਵਿੱਚ ਅਕਾਲੀਆਂ ਦੀ ਵੱਡੀ ਲੀਡਰਸ਼ਿਪ ਅਕਾਲੀਆਂ ਦੇ ਵੱਡੇ ਲੀਡਰ ਹਾਂ ਇਥੋਂ ਗਿਲਕੋ ਦਾ ਮਾਲਕ ਤੱਕ ਵੀ ਕਿਉਂਕਿ ਉਹਦੇ ਨੇੜਲਾ ਪਰਿਵਾਰ ਸੀ ਤੇ ਇਸ ਲਈ ਉਹਨਾਂ ਦੇ ਵਿਆਹ ਸੀਗਾ ਤੇ ਉਹਦੇ ਨਾਤੇ ਵੱਡੇ ਲੀਡਰ ਵੀ ਅਕਾਲੀਆਂ ਦੇ ਆਏ ਸੀ ਇਥੋਂ ਤੱਕ ਕਿ ਅਕਾਲੀ ਪਰਿਵਾਰ ਹੈ ਨਗਰ ਕੌਂਸਲ ਦੀ ਪ੍ਰਧਾਨ ਅਕਾਲੀ ਦਲ ਨਾਲ ਹੈ ਲੀਡਰ ਅਕਾਲੀ ਦਲ ਨਾਲ ਨੇ ਉਹਦੇ باوجود ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਭੈਣ ਵੀ ਉਸ ਵਿਆਹ 'ਚ ਸੀ ਜੀ ਹਾਂ ਸਾਡੇ ਭਾਸ਼ਾ ਵਿਭਾਗ ਦੇ ਮੰਤਰੀ ਮੀਠੇਰ ਵੀ ਉੱਥੇ ਸੀ ਕੁਝ ਹੋਰ ਅਧਿਕਾਰੀ ਚੇਅਰਮੈਨ ਜੇ ਬੋ ਆਮ ਆਦਮੀ ਪਾਰਟੀ ਦੇ ਛੋਟੇ ਵੱਡੇ ਲੀਡਰ ਕਈ ਉੱਥੇ ਮੌਜੂਦ ਸੀ ਤੇ ਉਹ ਵਿਆਹ ਦੇ ਵਿੱਚ ਗਰਦਾਸ ਮਾਨ ਦੀ ਗਾਇਕੀ ਦੇ ਵਿੱਚ ਕਹਿੰਦੇ ਨੋਟ ਐਨੇ ਬਾਰੇ ਹੂੰ 2000 ਦੇ 5 500 ਦੇ ਨੋਟ ਤੇ ਉਹ ਵੀਡੀਓ ਕਲਿੱਪ ਚੱਲ ਗਿਆ ਕਿ ਉਹ ਢੇਰ ਲੱਗੇ ਨੋਟ ਤੇ ਕਹਿੰਦੇ ਜੀ 5 ਲੱਖ ਤੋਂ ਵੱਧ ਨੋਟਾਂ ਦਾ ਹਿਸਾਬ ਲਾ ਇਨਕਮ ਟੈਕਸ ਨੇ ਕਿ ਐਨੇ ਨੋਟ ਤਾਂ ਐ ਹੀ ਨਕਦ ਬਾਹਰ ਤੇ ਕਿ ਪੈਸਾ ਕੀ ਹੈ ਜੀ ਤੇ ਕਹਿੰਦੇ ਉਹ ਵੀਡੀਓ ਨੂੰ ਉਧਾਰ ਬਣਾ ਕੇ ਅਗਲੇ ਦਿਨ ਸਵੇਰੇ 7 ਵਜੇ ਦੇ ਨੂੰ ਰੇਡ ਪੈ ਗਈਆਂ ਹੂੰ ਤੇ ਉਹ ਮਤਲਬ ਕਿ ਉਸ ਬਿਆਲਿਆਂ ਦੇ ਘਰੇ ਵੀ ਪ੍ਰਧਾਨ ਦੇ ਘਰੇ ਵੀ ਸਰਪੰਚ ਦੇ ਘਰੇ ਵੀ ਗਿਲਕੋ ਵਾਲੇ ਦੇ ਜਿਹੜਾ ਅਕਾਲੀਅਲ ਦਾ ਲੀਡਰ ਜਿਹੜਾ ਚੋਣ ਵੀ ਲੜ ਚੁੱਕਿਆ ਦੋ ਵਾਰ ਉਹਦੇ ਘਰੇ ਵੀ ਹੋਰ ਉਹਨਾਂ ਦੇ ਨੇੜਲੇਆਂ ਦੇ ਘਰੇ ਵੀ ਤੇ ਕਈ ਥਾਵਾਂ ਤੇ ਇਨਕੰਟੈਕਟ ਦੀ ਰੇਡ ਭਜੀ ਤੇ ਉਸ ਦੇ ਆਧਾਰ ਤੇ ਹਲਚਲ ਮਚ ਗਈ ਕਿ ਭਾਈ ਗਾਇਕ ਦਾ ਅਖਾੜਾ ਚੱਲ ਰਿਹਾ ਸੀ ਉਹਦੇ ਨੋਟ ਕੀ ਬਾਰੇ ਤੇ ਰੇਡ ਪਈ ਕੀ ਇਹ ਰੇਡ ਮਤਲਬ ਕਿ ਸਿਰਫ ਸੱਚਮੁੱਚ ਪੈਸੇ ਦੇ ਕਿਸੇ ਆਧਾਰ ਨੂੰ ਲੈ ਕੇ ਪਈ ਆ ਜਾਂ ਇਹ ਕੋਈ ਰਾਜਨੀਤਿਕ ਕਿਉਂਕਿ ਉਹ ਅਕਾਲੀ ਤੇ ਆਮ ਆਦਮੀ ਪਾਰਟੀ ਪਹਿਲਾਂ ਅਕਾਲੀਆਂ ਦਾ ਨੇੜੇ ਪਰਿਵਾਰਾ ਤੋਂ ਚਾਵਾਦੀ ਪਾਰਟੀ ਦੇ ਲੀਡਰ ਵੀ ਸ਼ਾਮਲ ਨੇ ਉੱਥੇ ਤੇ ਇਸ ਨੂੰ ਲੈ ਕੇ ਤੇ ਇਨਕਮ ਟੈਕਸ ਦੀ ਰੇਡ ਮਤਲਬ ਕੇਂਦਰ ਵੱਲੋਂ ਜੀ ਕਿਉਂਕਿ ਸਾਰਿਆਂ ਨੂੰ ਪਤਾ ਇਨਕਮ ਟੈਕਸ ਨੂੰ ਆਜ਼ਾਦ ਹੋ ਕੇ ਨਹੀਂ ਇੱਕ ਕੰਮ ਕਰਦਾ ਉਹ ਸਾਰਿਆਂ ਨੂੰ ਪਤਾ ਕਿ ਕੇਂਦਰ ਦੇ ਹੁਕਮਾਂ ਤੇ ਚੱਲਦਾ ਸਰਕਾਰ ਆਪਣੇ ਹਿਸਾਬ ਨਾਲ ਉਹ ਵਰਤਦੀਆਂ ਪਹਿਲੀਆਂ ਸਰਕਾਰਾਂ ਵੀ ਵਰਤਦੀਆਂ ਹੀ ਵਰਤਦੀਆਂ ਇਸ ਲਈ ਇਹ ਰੇਡ ਅੱਜ ਖੂਬ ਚਰਚਾ ਚਾ ਤੇ ਉਸ ਦਾ ਆਧਾਰ ਸਿਰਫ ਇਹ ਹੈ ਕਿ ਗੁਰਦਾਸ ਮਾਨ ਦੇ ਜਿਹੜੇ ਨੋਟਸ ਿੱਟੇ ਸੀ ਜੀ ਉਹਨੂੰ ਉਧਾਰ ਲੈ ਕੇ ਉਹਨੂੰ ਪਤਾ ਲੱਗਾ ਕਿ ਇੰਨੇ ਨੋਟਸ ਸੋ ਇਸ ਲਈ ਅਜਿਹੀਆਂ ਵੀਡੀਓ ਤਾਂ ਬਹੁਤ ਮਿਲ ਜਾਣਗੀਆਂ ਜੀ ਉਹ ਬੋਰੀਆਂ ਦੀਆਂ ਬੋਰੀਆਂ ਗਾਇਕਨ ਦੇ ਉੱਤੇ ਛੜਦਿਆਂ ਦੀਆਂ ਸੋ ਇਹਦਾ ਮਤਲਬ ਪੁਰਾਣੀਆਂ ਕੱਢ ਕੇ ਫਿਰ ਸਾਰਿਆਂ ਤੇ ਰੇਡ ਹੋ ਸਕਦੀ ਹੈ ਸੋ ਇਹ ਖੂਬ ਰੇਡ ਚਰਚਾ ਚ ਜੀ ਜੀ ਤਾਂ ਧੰਨਵਾਦ ਦੀਪਕ ਸ਼ਰਮਾ ਜਨਾਬ ਇਸ ਵੇਲੇ ਜੇ ਇਨਕਮ ਟੈਕਸ ਅਧਿਕਾਰੀ ਹੋਣ ਜਾਂ ਈਟੀ ਦੇ ਅਧਿਕਾਰੀ ਹੋਣ ਹਨਾ ਰੇਡ ਹੋਵੇ ਉਹ ਲਗਾਤਾਰ ਜਾਰੀ ਹੈ ਤੇ ਕੱਲ ਖਰੜ ਦੇ ਵਿੱਚ ਇੱਕ ਵਿਆਹ ਚੱਲ ਰਿਹਾ ਸੀ ਉਸ ਵਿਆਹ ਦੇ ਵਿੱਚ ਚੱਲਦੇ ਵਿਆਹ ਦੇ ਵਿੱਚ ਇਨਕਮ ਟੈਕਸ ਦੇ ਅਧਿਕਾਰੀ ਪਹੁੰਚ ਜਾਂਦੇ ਨੇ ਰੇਡ ਦੇ ਲਈ ਹਾਂ ਬਿਲਕੁਲ ਜਤਿੰਦਰ ਜੀ ਵੀਰਵਾਰ ਨੂੰ ਮਤਲਬ ਜੇ ਤੁਸੀਂ ਕਹੋ ਤਾਂ ਬੁੱਧਵਾਰ ਤੇ ਵੀਰਵਾਰ ਦੀ ਰਾਤ ਨੂੰ ਇੱਕ ਵਿਆਹ ਸੀ ਜੀ ਜਿਹੜਾ ਵਿਆਹ ਮਤਲਬ ਕਿ ਖਰੜਨਗਰ ਕਾਉਂਸਲ ਦੀ ਜਿਹੜੀ ਪ੍ਰਧਾਨ ਆ ਬੀਬੀ ਜੀ ਉਹਦੇ ਜੇਠ ਦਾ ਜੇਠ ਤੇ ਮੁੰਡੇ ਦਾ ਵਿਆਹ ਸੀਗਾ ਜੇਠ ਜਠਾਣੀ ਦੇ ਮੁੰਡੇ ਦਾ ਵਿਆਹ ਸੀ ਤੇ ਉਸ ਵਿਆਹ ਦੇ ਵਿੱਚ ਪਤਾ ਲੱਗਾ ਮੈਨੂੰ ਕਿ ਜਿਹੜਾ ਗੁਰਦਾਸ ਮਾਨ ਵਰਗਾ ਗਾਇਕ ਉਸ ਗਾਇਕ ਦਾ ਸ਼ੋਅ ਸੀਗਾ ਜੀ ਤੇ ਉਸ ਵਿਆਹ ਦੇ ਵੀ ਵੀਆਈਪੀ ਵਿਆਹ ਸੀ ਉਹਦੇ ਵਿੱਚ ਅਕਾਲੀਆਂ ਦੀ ਵੱਡੀ ਲੀਡਰਸ਼ਿਪ ਅਕਾਲੀਆਂ ਦੇ ਵੱਡੇ ਲੀਡਰ ਇੱਥੋਂ ਗਿਲਕੋ ਦਾ ਮਾਲਕ ਤੱਕ ਵੀ ਕਿਉਂਕਿ ਉਹਦੇ ਨੇੜਲਾ ਪਰਿਵਾਰ ਸੀ ਤੇ ਇਸ ਲਈ ਉਹਨਾਂ ਦੇ ਵਿਆਹ ਸੀਗਾ ਤੇ ਉਹਦੇ ਨਾਤੇ ਵੱਡੇ ਲੀਡਰ ਵੀ ਅਕਾਲੀਆਂ ਦੇ ਆਏ ਸੀ ਇੱਥੋਂ ਤੱਕ ਕਿ ਅਕਾਲੀ ਪਰਿਵਾਰ ਹੈ ਨਗਰ ਕੌਂਸਲ ਦੀ ਪ੍ਰਧਾਨ ਅਕਾਲੀ ਦਲ ਨਾਲ ਹੈ ਲੀਡਰ ਅਕਾਲੀ ਦਲ ਨਾਲ ਨੇ ਉਹਦੇ باوجود ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਭੈਣ ਵੀ ਉਸ ਵਿਆਹ 'ਚ ਸੀ ਜੀ ਹਾਂ ਸਾਡੇ ਭਾਸ਼ਾ ਵਿਭਾਗ ਦੇ ਮੰਤਰੀ ਮੀਥੇਰ ਵੀ ਉੱਥੇ ਸੀ ਕੁਝ ਹੋਰ ਅਧਿਕਾਰੀ ਚੇਅਰਮੈਨ ਜੇਬ ਉਹ ਆਮ ਆਦਮੀ ਪਾਰਟੀ ਦੇ ਛੋਟੇ ਵੱਡੇ ਲੀਡਰ ਕਈ ਉੱਥੇ ਮੌਜੂਦ ਸੀ ਤੇ ਉਹ ਵਿਆਹ ਦੇ ਵਿੱਚ ਗਰਦਾਸ ਮਾਨ ਦੀ ਗਾਇਕੀ ਦੇ ਵਿੱਚ ਕਹਿੰਦੇ ਨੋਟ ਐਨੇ ਬਾਰੇ 2000 ਦੇ 5-500 ਦੇ ਨੋਟ ਤੇ ਉਹ ਵੀਡੀਓ ਕਲਿੱਪ ਚੱਲ ਗਿਆ ਕਿ ਉਹ ਢੇਰ ਲੱਗੇ ਨੋਟ ਤੇ ਕਹਿੰਦੇ ਜੀ 5 ਲੱਖ ਤੋਂ ਵੱਧ ਨੋਟਾਂ ਦਾ ਹਿਸਾਬ ਲਾ ਇਨਕਮ ਟੈਕਸ ਨੇ ਕਿ ਐਨੇ ਨੋਟ ਤਾਂ ਐ ਹੀ ਨਕਦ ਬਾਹਰ ਤੇ ਕਿ ਪੈਸਾ ਕੀ ਹੈ ਜੀ ਤੇ ਕਹਿੰਦੇ ਉਹ ਵੀਡੀਓ ਨੂੰ ਉਧਾਰ ਬਣਾ ਕੇ ਅਗਲੇ ਦਿਨ ਸਵੇਰੇ 7 ਵਜੇ ਨੂੰ ਰੇਡ ਪੈ ਗਈਆਂ ਹਾਂ ਤੇ ਉਹ ਮਤਲਬ ਕਿ ਉਸ ਬਿਆਲਿਆਂ ਦੇ ਘਰੇ ਵੀ ਪ੍ਰਧਾਨ ਦੇ ਘਰੇ ਵੀ ਸਰਪੰਚ ਦੇ ਘਰੇ ਵੀ ਗਿਲਕੋ ਵਾਲੇ ਦੇ ਜਿਹੜਾ ਅਕਾਲੀਅਲ ਦਾ ਲੀਡਰ ਜਿਹੜਾ ਚੋਣ ਵੀ ਲੜ ਚੁੱਕਿਆ ਦੋ ਵਾਰ ਉਹਦੇ ਘਰੇ ਵੀ ਹੋਰ ਉਹਨਾਂ ਦੇ ਨੇੜਲੇਆਂ ਦੇ ਘਰੇ ਵੀ ਤੇ ਕਈ ਥਾਵਾਂ ਤੇ ਇਨਕੰਟੈਕਟ ਦੀ ਰੇਡ ਭਜੀ ਤੇ ਉਸ ਦੇ ਆਧਾਰ ਤੇ ਔਰ ਹਲਲਾ ਮਚ ਗਈ ਕਿ ਭਾਈ ਗਾਇਕ ਦਾ ਅਖਾੜਾ ਚੱਲ ਰਿਹਾ ਸੀ ਉਹਦੇ ਨੋਟ ਕੀ ਬਾਰੇ ਤੇ ਰੇਡ ਪਈ ਕੀ ਇਹ ਰੇਡ ਮਤਲਬ ਕਿ ਸਿਰਫ ਸੱਚਮੁੱਚ ਪੈਸੇ ਦੇ ਕਿਸੇ ਆਧਾਰ ਨੂੰ ਲੈ ਕੇ ਪਈ ਆ ਜਾਂ ਇਹ ਕੋਈ ਰਾਜਨੀਤਿਕ ਕਿਉਂਕਿ ਉਹ ਅਕਾਲੀ ਤੇ ਆਮ ਆਦਮੀ ਪਾਰਟੀ ਪਹਿਲਾਂ ਅਕਾਲੀਆਂ ਦਾ ਨੇੜੇ ਪਰਿਵਾਰਾ ਤੋਂ ਆਮ ਆਦਮੀ ਪਾਰਟੀ ਦੇ ਲੀਡਰ ਵੀ ਸ਼ਾਮਲ ਨੇ ਉੱਥੇ ਤੇ ਇਸ ਨੂੰ ਲੈ ਕੇ ਤੇ ਇਨਕਮ ਟੈਕਸ ਦੀ ਰੇਡ ਮਤਲਬ ਕੇਂਦਰ ਵੱਲੋਂ ਜੀ ਕਿਉਂਕਿ ਸਾਰਿਆਂ ਨੂੰ ਪਤਾ ਇਨਕਮ ਟੈਕਸ ਹੁਣ ਆਜ਼ਾਦ ਹੋ ਕੇ ਨਹੀਂ ਇੱਕ ਕੰਮ ਕਰਦਾ ਉਹ ਸਾਰਿਆਂ ਨੂੰ ਪਤਾ ਕਿ ਕੇਂਦਰ ਦੇ ਹੁਕਮਾਂ ਤੇ ਚੱਲਦਾ ਸਰਕਾਰ ਆਪਣੇ ਹਿਸਾਬ ਨਾਲ ਉਹ ਵਰਤਦੀਆਂ ਪਹਿਲੀਆਂ ਸਰਕਾਰਾਂ ਵੀ ਵਰਤਦੀਆਂ ਹੀ ਵਰਤਦੀਆਂ ਇਸ ਲਈ ਇਹ ਰੇਡ ਅੱਜ ਖੂਬ ਚਰਚਾ ਚਾ ਤੇ ਉਸ ਦਾ ਆਧਾਰ ਸਿਰਫ ਇਹ ਹੈ ਕਿ ਗੁਰਦਾਸ ਮਾਨ ਤੇ ਜਿਹੜੇ ਨੋਟਸ ਿੱਟੇ ਸੀ ਜੀ ਉਹਨੂੰ ਉਦਾਹਰਨ ਲੈ ਕੇ ਉਹਨੂੰ ਪਤਾ ਲੱਗਾ ਕਿ ਇੰਨੇ ਨੋਟ ਸੋ ਇਸ ਲਈ ਅਜਿਹੀਆਂ ਵੀਡੀਓ ਤਾਂ ਬਹੁਤ ਮਿਲ ਜਾਣਗੀਆਂ ਜੀ ਉਹ ਬੋਰੀਆਂ ਦੀਆਂ ਬੋਰੀਆਂ ਗਾਇਕਨ ਦੇ ਉੱਤੇ ਛੜਦਿਆਂ ਦੀਆਂ ਸੋ ਇਹਦਾ ਮਤਲਬ ਪੁਰਾਣੀਆਂ ਕੱਢ ਕੇ ਫਿਰ ਸਾਰਿਆਂ ਤੇ ਰੀਡ ਹੋ ਸਕਦੀ ਆ ਸੋ ਇਹ ਖੂਬ ਰੀਡ ਚਰਚਾ ਚ ਜੀ ਜੀ ਤਾਂ ਧੰਨਵਾਦ ਦੀਪਕ ਸ਼ਰਮਾ ਜੀ